ਸਤਨਾਮ ਜਿਸ ਮੰਤਰ ਸੁਣਾਇਆ ਭਵਜਲ ਵਿੱਚੋਂ ਕੱਢ ਕੇ ਮੁਕਤ ਪਦਾਰਥ ਮਹਿ ਸਮਾਇਆ ਜਨਮ ਮਰਨ ਪਾ ਪਟਿਆ ਸੰਸਾਰ ਰੋਗ ਵਿਜੋਗ ਮਿਟਾਇਆ ਸੰਸਾਰ ਇਹ ਸੰਸਾਰ ਹੈ ਜਨਮ ਮਰਨ ਵਿੱਚ ਦੁੱਖ ਸਮਾਇਆ
मैं मूर्ख की केतक बात है कोट पराती तरिया रे गोर नानक जन सुनिया पेखिया से फिर गरबा सुना परे आ रे हाजरा हजूर जहरा जहूर सर्व कला भरपूर गुरगद्दी ते बराटमान बाणी के मोहित गुरुआ दे गुरु बाबिया दे बाबे पीरां दे पीर शहनशाह दे भी शहनशाह हजूर अनवर वलियकुल अलम न मानिया दे मान गुरु न तानिया दे तन गुरु निहोटिया दी ओट नियासनिया दे आसरे गुरगद्दी ते बराजमान ऐसे दीन दयाल पातशाह तो कलंक प्रणासी दे आलम स्वरूपे सदा अंग संगे अपहूं बेपूते तन गुरु ग्रंथ साहिब महाराज पातशाह हाजरी लगेगी फतेह बनाउण दे नाल कई बार बहुते इस गल ते फतेह बुलाउण तो गुरेज कर बैंदे भी भाई सवेर ते संगत च बैठे आ किते फतेह दी सांझ रागी सिंघां नाल पौणी जां ढाडी सिंघां दे नाल पर तवज्जो दिओ आ जिस खसम दी गोद दे विच बैठी आ ना इन्हां दे विचों जे गुरसिखां दे दर्शन हुंदे ते भगतां दे भी हुंदे आ भगतां दे दर्शन हुंदे आ जदों हठियां जपियां तपियां शहीदां मुरीदां नूं याद करके ਉਹਨਾਂ ਦੀ ਕਮਾਈ ਦਾ ਧਿਆਨ ਕਰਕੇ ਵਾਹਿਗੁਰੂ ਕਿਹਾ ਜਾਂਦਾ ਇਹਨਾਂ ਹਕੀਕਤ ਤੇ ਪ੍ਰੈਕਟੀਕਲ ਕਰਕੇ ਵੇਖਿਆ ਜੇ ਪਰ ਦਿਲ ਤੋਂ ਪ੍ਰੇਮ ਚਾਹੀਦਾ ਜਿਨ ਪ੍ਰੇਮ ਕੀ ਉਹ ਤਿੰਨ ਹੀ ਪ੍ਰਭ ਪਾਇਓ ਹਾਜ਼ਰ ਨਾਜ਼ਰ ਪ੍ਰਤੱਖ ਹੋ ਜਾਂਦੇ ਨੇ ਤਿਆਉ ਕਹਿਣ ਤੋਂ ਭਾਵ ਕੋਈ ਵੀ ਰਸਨਾ ਵਾਂਢੀ ਨਾ ਰਹੇ ਕਿਉਂਕਿ ਜਦੋਂ ਫਤਿਹ ਬੁਲਾਈ ਦੀ ਤੇ ਦੋ ਵਾਰਾਂ ਵਾਹਿਗੁਰੂ ਸ਼ਬਦ ਦਾ ਸਿਮਰਨ ਹੋ ਜਾਂਦਾ ਇੱਕ ਵਾਰਾਂ ਵਾਹਿਗੁਰੂ ਆਖਣ ਨਾਲ ਜਨਮਾਂ ਜਨਮਾਤਰਾਂ ਦੇ ਰੋਗ ਕੱਟੇ ਜਾਂਦੇ ਨੇ ਵਾਹਿਗੁਰੂ ਆਖਿਆ ਮੁੱਖ ਪਵਿੱਤਰ ਵਾਹਿਗੁਰੂ ਆਖਿਆ ਸਭ ਦੁੱਖ ਤਿੱਤਰ ਵਾਹਿਗੁਰੂ ਆਖਿਆ ਸਭ ਚਰਿੱਤਰ ਵਾਹਿਗੁਰੂ ਆਖਿਆ ਵੈਰਾਰੀ ਮਿੱਤਰ ਵਾਹਿਗੁਰੂ ਗੁਰ ਮੰਤਰ ਹੈ ਜਪ ਹਉਮੈ ਕੋਈ ਆਉ ਜੀ ਬੜੇ ਅਦਬ ਪ੍ਰੇਮ ਤੇ ਸਤਿਕਾਰ ਦੇ ਨਾਲ ਮਹਾਰਾਜ ਪਾਤਸ਼ਾਹ ਧੰਨ ਗੁਰੂ ਹਰ ਰਾਏ ਸਾਹਿਬ ਜੀਆਂ ਦੇ ਪਾਵਨ ਮੁਬਾਰਕ ਚਰਨਾਂ ਦਾ ਧਰੀਏ ਧਿਆਨ ਗੱਜ ਕੇ ਫਤਿਹ ਬੁਲਾਈਏ ਹਾਜ਼ਰੀ ਲਗਵਾਈਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਮੁੱਚੀਆਂ ਸੰਗਤਾਂ ਨੂੰ ਸਾਹਿਬ ਸਤਵੇਂ ਗੁਰੂ ਨਾਨਕ ਸਤਵੀਂ ਪਾਤਸ਼ਾਹੀ ਤਨ ਤਨ ਸਾਹਿਬ ਸ੍ਰੀ ਗੁਰੂ ਧੰਨ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਪਾਤਸ਼ਾਹ ਜੀਆਂ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਹੋਣ ਜੀ ਤੇ ਸੰਗਤ ਜੀ ਸੰਤਾਂ ਮਹਾਂਪੁਰਖਾਂ ਦਾ ਜ਼ਿਕਰ ਹੋ ਰਿਹਾ ਬਾਣੀ ਕਹਿੰਦੀ ਜੇ ਹਮ ਸੰਤਨ ਕੀ ਰਿਣ ਪਿਆਰੇ ਹਮ ਸੰਤਨ ਕੀ ਸਰਨਾ ਸੰਤ ਹਮਾਰੀ ਓਟ ਸਤਾਣੀ ਸੰਤ ਹਮਾਰਾ ਗਹਿਣਾ ਜਿੱਥੇ ਹਾਜ਼ਰੀ ਭਰ ਰਹੇ ਸੀ ਸਮਾਗਮਾਂ ਦੇ ਅੰਦਰ ਆਪਾਂ ਨੇ ਦਰਸ਼ਨ ਕੀਤੇ ਮਹਾਂਪੁਰਖ ਸਤਿਕਾਰਯੋਗ ਬਾਬਾ ਨਰਿੰਦਰ ਸਿੰਘ ਜੀ ਹਜ਼ੂਰ ਸਾਹਿਬ ਵਾਲੇ ਕਾਰ ਸੇਵਾ ਵਾਲੇ ਸੰਗਤ ਜੀ ਹਰ ਕਾ ਸੇਵਕ ਹਰ ਹੀ ਜਿਹਾ ਤੇ ਸਾਹਿਬ ਹੱਥ ਵਡਿਆਈਆਂ ਜਿਸ ਭਾਵੈ ਦਿਸਦੇ ਹੁਣ ਕਵੀ ਵੀ ਇਹੀ ਉਹ ਕਹਿੰਦਾ ਕਹਿੰਦਾ ਸੰਤ ਰੇਣ ਨਾ ਨਿੰਦੀਏ ਸਾਧੂਆਂ ਨੂੰ ਖੌਰੇ ਗੋਦੜੀ ਚ ਛੁਪਿਆ ਲਾਲ ਹੋਵੇ ਤੇ ਮੈਂ ਗੱਲ ਕਰਨ ਲੱਗੀ ਹਾਂ ਧੰਨ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਵੇਖੋ ਜਦੋਂ ਮਾਤਾ ਗੰਗਾ ਜੀਆਂ ਨੂੰ ਕਰਮੋ ਨੇ ਪ੍ਰਿਥੀ ਚੰਦ ਦੀ ਘਰਵਾਲੀ ਨੇ ਮਿਹਣੇ ਮਾਰਨੇ ਨਾ ਕਿ ਤੁਸੀਂ ਤੇ ਜਗ ਤੋਂ ਔਂਤਰੇ ਚਲੇ ਜਾਣਾ ਤੁਹਾਡੇ ਕਰ ਕਿਸੇ ਬੱਚੇ ਨੇ ਜਨਮ ਨਹੀਂ ਲਿਆ ਜਿਹੜਾ ਰਾਜ ਭਾਗ ਹੈ ਇਹ ਸਾਰਾ ਕੁਝ ਸਾਡੇ ਪੁੱਤਰ ਮਿਹਰਬਾਨ ਦੇ ਹਿੱਸੇ ਹੋਣਾ ਇੱਕ ਦਿਨ ਮਾਤਾ ਗੰਗਾ ਜੀ ਬੜੇ ਉਦਾਸ ਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਪਾਤਸ਼ਾਹ ਮਹਿਲਾਂ ਵਿੱਚ ਆਏ ਕਹਿੰਦੇ ਗੰਗਾ ਜੀ ਜਿਹੜਾ ਚਿਹਰਾ ਹਰ ਸਮੇਂ ਖਿਲਿਆ ਰਹਿੰਦਾ ਬਾਣੀ ਦਾ ਇੰਨਾ ਨੂਰ ਅੱਜ ਉਹ ਚਿਹਰੇ ਦੇ ਉੱਪਰ ਇੰਨੀ ਉਦਾਸੀ ਕਿਵੇਂ ਜਦੋਂ ਮਾਤਾ ਗੰਗਾ ਜੀ ਨੇ ਸਾਰੀ ਵਾਰਤਾ ਦੱਸਣੀ ਕਰੀ ਨਾ ਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਪਾਤਸ਼ਾਹ ਕਹਿਣ ਲੱਗੇ ਜਾਓ ਬੀੜ ਸਾਹਿਬ ਤੇ ਬਾਬਾ ਬੁੱਢਾ ਸਾਹਿਬ ਜੀਆਂ ਦੀ ਗਾੜੀ ਬੇਨਤੀ ਕਰੋ ਹੁਣ ਦੇਣ ਵਾਲਾ ਤੇ ਮਹਾਰਾਜ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਜੀ ਆਪ ਹੀ ਨੇ ਪਰ ਵੇਖੋ ਬਾਬਾ ਬੁੱਢਾ ਸਾਹਿਬ ਜੀਆਂ ਦਾ ਸਤਿਕਾਰ ਕਿੰਨਾ ਕੀਤਾ ਧੰਨ ਬਾਬਾ ਬੁੱਢਾ ਸਾਹਿਬ ਜੀ ਜਿਨ੍ਹਾਂ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਪਾਤਸ਼ਾਹ ਤੋਂ ਲੈ ਕਰਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਪਾਤਸ਼ਾਹ ਉਹਨਾਂ ਦੇ ਵੀ ਦਰਸ਼ਨ ਕੀਤੇ ਹੁਣ ਗੌਰ ਕਰਿਓ ਜਦੋਂ ਮਾਤਾ ਗੰਗਾ ਜੀ ਨਾਲ ਸਾਥੀਆਂ ਨੂੰ ਲੈ ਕਰਕੇ ਉਹਨਾਂ ਸਖੀਆਂ ਨੂੰ ਲੈ ਕਰਕੇ ਦਾਸੀਆਂ ਨੂੰ ਲੈ ਕਰਕੇ ਰੱਥ ਪੱਗੀਆਂ ਤੇ ਚੜ੍ਹ ਕੇ ਪੀੜ ਸਾਹਿਬ ਦੀ ਧਰਤੀ ਤੇ ਪੁੱਜੇ ਤੇ ਆ ਕੇ ਬਾਬਾ ਬੁੱਢਾ ਸਾਹਿਬ ਜੀਆਂ ਗਾੜੀ ਹੱਥ ਜੋੜ ਕੇ ਬੇਨਤੀ ਕੀਤੀ ਹੈ ਬਾਬਾ ਜੀ ਕਰੋ ਕਿਰਪਾ ਬਾਬਾ ਜੀ ਵਰਦੀ ਆ ਜੇ ਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਮਾਤਾ ਜੀ ਅਸੀਂ ਕੌਣ ਹੁੰਦੇ ਹਾਂ ਦਾਤਾਂ ਦੇਣ ਵਾਲੇ ਦਾਤਾਂ ਦੇਣ ਵਾਲਾ ਤੇ ਮਹਾਰਾਜ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਜੀ ਆਪ ਨੇ ਤੁਸੀਂ ਮਹਾਰਾਜ ਦੀਆਂ ਗਾੜੀ ਬੇਨਤੀ ਕਰੋ ਤੇ ਮਾਤਾ ਜੀ ਬੜੇ ਨਿਰਾਸ਼ ਹੋਏ ਆਏ ਨੇ ਮਹਿਲਾਂ ਵਿੱਚ ਬਰਾਗ ਕੀਤਾ ਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਪਾਤਸ਼ਾਹ ਕਹਿਣ ਲੱਗੇ ਗੰਗਾ ਜੀ ਜਾਣੀ ਜਾਣ ਮੇਰਾ ਪਾਤਸ਼ਾਹ ਕੀ ਗੱਲ ਵਰ ਨਹੀਂ ਜੇ ਮਿਲਿਆ ਨਹੀਂ ਪਾਤਸ਼ਾਹ
महाराज कहंदे कह के मैं सी पाछा रथ बगियां ते चढ़के। महाराज कहंदे जदों मंगण जाईदा फिर राजे बन के नहीं, फिर उत्थे भिखारी बन के जाईदा। मेरे साहब ने सारी विधि समझाई माता जी नूं। माता जी अमृत वेले उठे, इशनान कीता, नितनेम करन तों बाद माता जी ने अपने हत्थी मिस्से प्रशादे तैयार कीते है। ते संगत जी डोलू दे विच लस्सी पा करके और छापा प्रशादियां वाला शीश के उपर रखिया। माता जी पैदल चल के आए ने अज बीड़ साहब की धरती से। अज बाबा बुढ़ा साहब जी जिन्होंने सकिया कुछ नहीं तो सेवादार कहते बाबा जी अज आप जी मेरे छक क्यों नहीं रहे। तो बाबा जी कहते अज मेरी माँ प्रशादे लेके आ रही है। जदों माता गंगा जी आए ना वह प्रशादियां वाला छापा माता जी के शीश के उपरों आप उठाया। तो माता जी ने बड़े प्रेम से श्रद्धा के नाल प्रशादे बाबा बुढ़ा साहब जी के जो हाथ के उपर रखे तो बाबा जी ने प्याज न छिलिया। जो प्रशादियों उपर रखिया ना और जो गंढे के उपर मुक्की मारी जे बाबा जी कहते गंगा जी आते घर यहोजा महाबली पैदा होगा दुश्मन के सर गंढे के वागू भनिया करेगा। जब संगत जी तवजो दिया जे जो धन गुरु अर्जन देव जी महाराज पातशाह शांति दे रिज की देग में ना के तत्ती तवी के उपर बैठे ना ते साहब नू तत्ती तवी ते बैठिया नू वेंदा कौन जी। ए उस समय दा मन्या परमन्या मुसलमान पीर साईं मियां मीर जी जिन्हां दा मन हमेशा ही रब्बी रंगण विच रंगिया रहिंदा। हुण उस समय धरती भी तत्ती, असमान भी तत्ता, तवी भी तत्ती, रेत भी तत्ती, चंदू भी तत्ता। इत्थों तक आ अल्लाह खुदा दी बंदगी करन वाला पीर भी तत्ता उठिया। जे कोई ठंडे सन तो मेरे चौजी प्रीतम धन गुरु अर्जन देव जी महाराज पाछा। ते साईं मियां मीर जी कहन लगे साईं जी ओ अकाल पुरख का भाणा जे तेरा की आ मिठा लागे हर नाम पदार्थ नानक मंगे। पर साईं मियां मीर जी ने मौके की हुकूमत नूं लड़त पाई है। की कहंदे ने आंदे मौके की हुकूमत तू समझदी की इस महापुरख नूं जे चाहे ये अग चमाके धरती ते आकाश की ताड़ी बजा सकता। यह उच्चियां उच्चियां अटारियां मिट्टी विच मिला देवेगा क्योंकि ये एडी ताकत है। इस संत दे नाल नवीना टक्कर शहादत नाम किसका और शहीदी किसे कहते हैं। महाराज ने आख्या जहांगीर क्या गल बई बड़ा तत्ता है बड़ा भड़क भड़क के पैना है। मैंने पता मेरी सदा को दबाना मुमकिन है मगर हयात की ललकार को कौन रोकेगा। फसील के नु कहंदे ने फसील कहंदे ने कंध नु आतिश कहंदे ने अग नु ते आहन कहंदे ने लोहे नु। महाराज कहंदे मैं जानदा तेरियां लोहे दियां कंधां बड़ियां मजबूत ने पर याद रख फसीले आतिश बा आहन बहुत बुलंद सही मगर बदलते वक्त की रफ्तार कौन रोकेगा। ऐ मेरे ख्यालों की परवाज को रोकने वाले हर गोबिंद की तलवार को कौन रोकेगा। ओ कौन रोकू धन गुरु हर गोबिंद साहिब महाराज पाछ दी तलवार नु। जदों धन गुरु अर्जन साहिब महाराज पाछ जी दी शहादत होई 11 साल की उम्र है पानिया दो तलवारा एक मीरी दी सतगुरु जी सजे तख्त के उपर भाई साहब भाई गुरुदास साहब जी ने फरमाना किया पांच प्याले पांच पीर छठम पीर बैठा गुरभागी अर्जन काया पलट के मूर्त हर गो बिद सवारी चली पीड़ी सोटियां रूप बखावण वारो वारी दल भंजन गुरु सूरमा बड जोधा पा जोग जोग तक्षीरी अकाल तख्त साहिब ते आ कौम नूं हलूणा दिंदा एक ऐलान है